ਅਸੀਂ ਜਿਸ ਪੁਲ ਤੇ ਖੜੇ ਆ ਤੇ ਬਹੁਤ ਵੱਡਾ ਕਨੈਕਸ਼ਨ ਹੈ। ਬਾਬਾ ਲਾਭ ਸਿੰਘ ਜੀ ਨੇ ਪ੍ਰਣ ਲਿਆ ਸੀਗਾ ਕਿ ਇਸ ਪੁਲ ਨੂੰ ਬਣਾਇਆ ਜਾਵੇ ਤਾਂ ਕਿ ਅਨੰਦਪੁਰ ਸਾਹਿਬ ਨਾਲ 24 ਘੰਟੇ ਦਾ ਰਸਤਾ ਜਿਹੜਾ ਹੈ ਉਹ ਬਣ ਸਕੇ। ਔਰ ਮੈਨੂੰ ਵੀ ਹੁਕਮ ਹੋਇਆ ਸੀ ਜਦੋਂ ਮੈਂ ਪਿੰਡ ਦੇ ਵਿੱਚ ਆਇਆ, ਉਸ ਵੇਲੇ ਮੈਂ ਮੈਂਬਰ ਪਾਰਲੀਮੈਂਟ ਸੀ ਅਤੇ ਨਗਰ ਨਿਵਾਸੀਆਂ ਨੂੰ ਪੁੱਛਿਆ ਕਿ ਕਿੰਨਾ ਤੁਹਾਨੂੰ ਫੰਡ ਚਾਹੀਦਾ, ਤਾਂ ਉਹਨਾਂ ਨੇ ਕਿਹਾ ਕਿ 2-3 ਲੱਖ ਰੁਪਇਆ ਦੇ ਦਿਓ। ਤਾਂ ਮੈਂ ਕਿਹਾ ਨਹੀਂ, ਤੁਹਾਡਾ ਪੁੱਲ 2-3 ਲੱਖ ਨਾਲ ਨਹੀਂ ਬਣਨਾ। ਫਿਰ 5 ਲੱਖ ਦੀ ਡਿਮਾਂਡ ਆਈ। ਜਦੋਂ ਮੈਂ ਕਾਰ 'ਚ ਬੈਠਾ ਆਪਣੇ ਸਾਥੀਆਂ ਨਾਲ ਮੈਂ ਗੱਲ ਕੀਤੀ ਕਿ ਪੁੱਲ 5 ਲੱਖ ਨਾਲ ਨਹੀਂ ਬਣਨਾ, ਇਹਨੂੰ 10 ਲੱਖ ਜਿਹੜਾ ਹੈ ਘੱਟ ਤੋਂ ਘੱਟ ਦਿੱਤਾ ਜਾਵੇ, ਤਾਂ ਪਿੰਡ ਨੂੰ ਫੋਨ ਕੀਤਾ ਕਿ ਅਸੀਂ 10 ਲੱਖ ਰੁਪਏ ਆਪਣੇ ਵੱਲੋਂ ਦੇਵਾਂਗੇ। ਲੇਕਿਨ ਉਦੋਂ ਲੱਗਦਾ ਕਿ 10 ਲੱਖ ਵੀ ਘੱਟ ਹੈ। ਤਾਂ ਜਦੋਂ ਮੈਂ ਇੱਥੇ ਚੈੱਕ ਦੇਣ ਆਇਆ ਸੀ, ਉਸ ਵੇਲੇ ਮੈਂ 20 ਲੱਖ ਰੁਪਏ ਦਾ ਚੈੱਕ ਦੇਣ ਆਇਆ ਸੀ, 5 ਲੱਖ ਅਨਾਊਂਸ ਕੀਤਾ ਸੀ ਔਰ 20 ਲੱਖ ਰੁਪਏ ਦਾ ਚੈੱਕ ਦੇ ਕੇ ਇਸ ਪੁੱਲ ਦੇ ਨਿਰਮਾਣ ਦੇ ਵਿੱਚ ਮੈਂ ਉਸ ਵੇਲੇ MP ਲੈਟ 'ਚ ਹਿੱਸਾ ਪਾਇਆ ਸੀ। ਅੱਜ ਬੜੀ ਖੁਸ਼ੀ ਹੋਈ ਹੈ ਕਿ ਬਹੁਤ ਦੇਰ ਬਾਅਦ ਇਸ ਪੁੱਲ ਨੂੰ ਦੇਖਣ ਆਏ ਹਾਂ ਔਰ ਲੋਕ ਬਿਨਾਂ ਕਿਸੇ ਖੌਫ ਤੋਂ, ਬਿਨਾਂ ਕਿਸੇ ਡਰ ਤੋਂ ਪਾਣੀ ਦਾ ਵਹਾਅ ਤੁਸੀਂ ਦੇਖ ਰਹੇ ਹੋ, ਕਿੰਨਾ ਜ਼ਬਰਦਸਤ ਪਾਣੀ ਦਾ ਵਹਾਅ ਹੈ। ਜੇ ਪੁੱਲ ਨਾ ਹੁੰਦਾ ਤਾਂ ਇਹ ਇਲਾਕਾ ਜਿਹੜਾ ਹੈ ਇਸ ਪੁੱਲ ਤੋਂ ਪਾਰ ਦਾ ਇੱਧਰਲੇ ਪਾਸੇ ਦਾ ਉਹ ਡਿਸਕੁਨੈਕਟ ਹੋ ਜਾਣਾ ਸੀਗਾ, ਹੋਰ ਕੋਈ ਰਸਤਾ ਨਹੀਂ ਸੀ। ਸੋ ਮੈਂ ਬਾਬਾ ਲਾਭ ਸਿੰਘ ਦਾ ਵੀ ਧੰਨਵਾਦ ਕਰਦਾ ਔਰ ਨਗਰ ਨਿਵਾਸੀਆਂ ਦਾ ਵੀ ਜਿਨ੍ਹਾਂ ਨੇ ਇੱਕ ਪ੍ਰਣ ਲਿਆ ਸੀ ਕਿ ਅਸੀਂ ਇਸ ਪੁੱਲ ਦੀ ਕਨੈਕਟੀਵਿਟੀ ਕਰਾਂਗੇ। ਤਾਂ ਮੈਂ ਸਮਝਦਾ ਕਿ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਹੈ ਉਹ ਜਦੋਂ ਬਹੁਤ ਸੈਂਸਿਟਿਵ ਹੁੰਦਾ ਅਤੇ ਆਪਣੇ ਇਲਾਕੇ ਦੇ ਕੰਮ ਨੂੰ ਵਧੀਆ ਢੰਗ ਨਾਲ ਕਰ ਸਕਦਾ। ਆਪਣਾ ਇਲਾਕਾ ਪਹਿਲਾਂ ਥਾਪਤ ਸੀ, ਮੈਂ ਤੁਹਾਨੂੰ ਦੇਖਿਆ ਆਲਿਓ ਜਾਂਦੇ।